ਮਾਨਸਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋਹਰਾ ਕਤਲ ਹੋਇਆ ਹੈ। ਦੱਸੀਏ ਕਿ ਦੋ ਬਜ਼ੁਰਗਾਂ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਉਹ ਦੋਨੋਂ ਰਿਸ਼ਤੇ ਦੇ ਵਿੱਚ ਦਿਓਰ ਭਰਜਾਈ ਲੱਗਦੇ ਸਨ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਲੋਕਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਰ ਦੇ ਵਿੱਚ ਦਾਖਲ ਹੋਏ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਬਜ਼ੁਰਗਾਂ ਦਾ ਕਤਲ ਕੀਤਾ ਗਿਆ ਹੈ। ਮਾਨਸਾ ਦੇ ਵਿੱਚ ਇਹ ਰਹਿੰਦੇ ਸਨ। ਆਪਸ ਦੇ ਵਿੱਚ ਇਹ ਰਿਸ਼ਤੇਦਾਰ ਦਿਓਰ ਭਰਜਾਈ ਲੱਗਦੇ ਸਨ, ਜਿਨ੍ਹਾਂ ਦਾ ਕਤਲ ਹੋਇਆ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਧਰ ਮ੍ਰਿਤਕਾਂ ਦੀ ਪਹਿਚਾਣ ਜਗਬੀਰ ਸਿੰਘ ਉਮਰ 62 ਸਾਲ ਦੱਸੀ ਜਾ ਰਹੀ ਹੈ ਤੇ ਔਰਤ ਰਣਜੀਤ ਕੌਰ ਜਿਸ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆਈ। ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਮਾਨਸਾ ਦੇ ਪਿੰਡ ਅਹਿਮਦਪੁਰ ਦੇ ਵਿੱਚ ਇਹ ਦੋਹਰੇ ਕਤਲ ਹੋਇਆ ਹੈ ਤੇ ਉਧਰ ਪੁਲਿਸ ਨੇ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਕਿਉਂ ਕੀਤਾ ਗਿਆ ਇਸ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ, ਪਰ ਅਣਪਛਾਤੇ ਲੋਕਾਂ ਦੇ ਵੱਲੋਂ ਘਰ 'ਚ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕੀ ਨਾਮ ਹੈ ਤੁਹਾਡਾ? ਬੀਰਵਾਲ ਸਿੰਘ। ਬੀਰਵਾਲ ਸਿੰਘ, ਜਿਹੜੀ ਰਾਤ ਕਤਲ ਹੋਇਆ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ? ਤੜਕੇ 6 ਵਜੇ ਪਤਾ ਲੱਗਿਆ ਜੀ। ਕੀ ਦੇਖਿਆ ਤੁਸੀਂ ਸਵੇਰੇ 6 ਵਜੇ? ਦੇਖਿਆ ਤਾਂ ਜੀ ਟਾਕੀ ਖੁੱਲ੍ਹੀ ਪਈ ਸੀ, ਦੋਨੇ ਬਾਰ ਇੱਧਰਲਾ ਬਾਰ ਵੀ ਖੁੱਲ੍ਹਿਆ ਪਿਆ ਸੀ। ਅੱਛਾ, ਇੱਧਰ ਦੀ ਬੰਦੇ ਆਏ ਨੇ ਜੀ, ਐਂ ਦੇ ਲਈ ਕੱਢ ਗਏ। ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਇਹਨਾਂ ਨੇ ਜਿਹੜਾ ਕੁਛ ਵਾਰ ਕੀਤਾ ਕਿਸੇ ਨੇ? ਸਿਰ 'ਚ ਆ ਜੀ ਇਕੱਲੀ ਸੱਟ, ਅਤੇ ਲੇਡੀ ਦੇ ਮਾਤਾ ਦੇ? ਲੇਡੀ ਜੀ ਦੇ ਵੀ ਸਿਰ 'ਚ ਆ ਜੀ। ਅੱਛਾ, ਤੁਹਾਨੂੰ ਮੇਰਾ ਐਂ ਲੱਗਦਾ ਵੀ ਰਾਤ ਦੀ ਘਟਨਾ ਹੈ ਇਹ? ਹਾਂ ਜੀ। ਤੁਹਾਡੀ ਕੋਈ ਪਹਿਲਾਂ ਕਿਸੇ ਨਾਲ ਕੋਈ ਬੈਰ ਵਿਰੋਧੀ ਜਾਂ ਕੋਈ ਕਿਸੇ ਕਿਸਮ ਦੀ ਕੋਈ ਤਕਰਾਰਬਾਜ਼ੀ ਪਹਿਲਾਂ ਕੁਛ? ਨਾ ਜੀ। ਕੁਛ ਚਿਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਇਹੋ ਜਿਹੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ? ਨਾ ਜੀ। ਇਹ ਤਾਂ ਬੰਦੇ ਨਹੀਂ ਜੀ। ਇਹ ਅਹਿਮਦਪੁਰ ਮਾਮਲਾ ਕੀ ਇਹਦੇ 'ਚ ਹੈ ਜੀ? ਸਾਡੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਵੀ ਐਂ ਕਰਕੇ ਉੱਥੇ ਕੋਈ ਕਤਲ ਹੋ ਗਿਆ, ਅਤੇ ਇਹਨਾਂ ਨੇ ਤੁਰੰਤ ਸੂਚਨਾ ਦਿੱਤੀ PCR ਨੂੰ ਸਾਨੂੰ, ਅਤੇ ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਹਾਂ। ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ, ਅਤੇ ਉਹਨਾਂ ਦੀ ਭਰਜਾਈ ਰਣਜੀਤ ਕੌਰ ਜਾਂ ਕਿਸੇ ਨਾਮ ਵਾਲੇ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ, ਅਤੇ ਜਿਸ ਦੇ ਸੰਬੰਧ 'ਚ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਆ। ਮੌਕੇ 'ਤੇ ਸਾਡੀਆਂ ਫੋਰੈਂਸਿਕ ਸਾਇੰਸ ਟੀਮਾਂ ਅਤੇ ਡੌਗ ਸਕਾਡ, ਫਿੰਗਰ ਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ, ਅਤੇ CI ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ 'ਤੇ ਲੱਗੇ ਹੋਏ ਨੇ। ਜਲਦੀ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਜਾਊਗਾ। ਕੋਈ ਇਹਨਾਂ ਦਾ ਕੋਈ ਪੁਰਾਣਾ ਕੋਈ ਝਗੜਾ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਇਸ ਪਰਿਵਾਰ? ਹਜੇ ਤੱਕ ਅਜਿਹੀ ਕੋਈ ਗੱਲ ਇਹਨਾਂ ਨੇ ਆਸ ਪਾਸ ਤੋਂ ਪਤਾ ਕਰਨ ਤੋਂ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਇਹੀ ਗੱਲ ਨਹੀਂ ਦੱਸੀ ਵੀ ਸਾਡਾ ਕਿਸੇ ਨਾਲ ਝਗੜਾ ਹੋ ਗਿਆ। ਕਿਸ ਤਰ੍ਹਾਂ ਲੱਗਦਾ ਇਹ? ਮੈਡੀਕਲ ਰਿਪੋਰਟ ਤੋਂ ਪਤਾ ਲੱਗੂ ਜੀ। ਠੀਕ ਹੈ।